ਉੱਥੇ ਕਿਸੇ ਹੋਰ ਨੇ ਨਹੀਂ ਮਾਰਿਆ ਸੀ। ਇਹ ਭੜਕਾਉਂਦੇ ਆ ਜੀ ਮੁਸਲਮਾਨ ਮਾੜੇ ਆ, ਉਹ ਮਾੜੇ ਆ, ਇਹ ਲੋਕ ਭੜਕਾਉਣ ਵਾਲੇ ਲੋਕ ਹੈ, ਹੁੱਲੜਬਾਜੀ ਹਾਲਾਤ ਖਰਾਬ ਕਰਨ ਵਾਲੇ ਇਹੀ ਲੋਕ ਹੈ। ਉੱਥੇ ਦਿੱਲੀ ਦੀਆਂ ਸੜਕਾਂ ਤੇ ਰੌਲਾ ਪਾਉਂਦੇ ਆ, ਜਿਵੇਂ ਅਸੀਂ ਇੰਦਰਾ ਗਾਂਧੀ ਚੱਕਤੀ ਐ ਮੋਦੀ ਨੂੰ ਚੱਕ ਦਿਆਂਗੇ। ਹਾਲਾਤ ਖਰਾਬ ਕਰਦੇ ਕਿ ਨਹੀਂ ਕਰਦੇ? ਅਸੀਂ ਖਾਲਿਸਤਾਨ ਬਣਾ ਦਿਆਂਗੇ, ਅਸੀਂ ਉਹ ਕਰ ਦਿਆਂਗੇ। ਉਹ ਤੁਸੀਂ ਦੱਸੋ ਵੀ ਉਹ ਉੱਥੇ ਕਿਸਾਨ ਬੈਠੇ ਆ, ਉਹ ਕਿਸਾਨ ਹੈ। ਇਸ ਕਰਕੇ ਅੱਜ ਸਾਡੇ ਨਾਲ ਹਾਲਾਤ ਇਹ ਬਣੇ ਆ। ਜਿਹੜੇ ਸਿੱਖ ਆ ਗੁਰੂ ਦੇ, ਉਹ ਐਂ ਨਹੀਂ ਕਰਦੇ ਹੁੰਦੇ। ਸਿੱਖ ਗੁਰੂ ਦੇ ਬੜੀ ਸ਼ਾਂਤੀ ਨਾਲ ਤੇ ਨਰਮਾਈ ਨਾਲ ਚੱਲਦੇ ਆ, ਠੀਕ ਆ ਨਾ। ਟਰੈਕਟਰਾਂ ਦੇ ਉੱਤੇ ਲਾ ਕੇ, ਫੋਰਨ ਟਰੈਕਟਰ ਲਾ ਕੇ, ਲੱਖ ਲੱਖ ਰੁਪਏ ਦੇ ਲਾ ਕੇ ਡੈਕ। ਅਸੀਂ ਗਰੀਬ ਕਿਸਾਨ ਹੈ ਜੀ, ਜਿਹੜੇ ਗਰੀਬ ਕਿਸਾਨ ਹੈ। ਹੋਰ ਦੱਸੋ, ਇਹਨਾਂ ਦੀਆਂ ਜ਼ਮੀਨਾਂ ਸਾਰੇ ਲੋਕਾਂ ਦੀਆਂ ਠੇਕੇ ਤੇ ਦਿੱਤੀਆਂ ਹੋਈਆਂ। ਠੇਕੇ ਤੇ ਕੋਈ ਗਰੀਬ ਕਿਸਾਨ ਕੋਈ ਉੱਥੇ ਸਬਜ਼ੀ ਲਾਈ ਬੈਠਾ, ਕੋਈ ਆਲੂ ਲਾਈ ਬੈਠਾ, ਉਹਨੂੰ ਆਪਦੀ ਖੇਤੀ ਦੀ ਪਈ ਹੋਈ ਹੈ। ਇਹ ਲੈ ਕੇ 2-2 ਲੱਖ ਰੁਪਇਆ ਕਿੱਲਾ ਤੇ ਉੱਥੇ ਬਾਰਡਰ ਤੇ ਫਿਰਦੇ ਹੈ, ਕਹਿੰਦੇ ਜੀ ਅਸੀਂ ਕਿਸਾਨ ਹੈ। ਇਹਦਾ ਜ਼ਮੀਨਾਂ ਠੇਕੇ ਤੇ ਦੇ ਕੇ ਗਏ ਉੱਥੇ ਸਾਰੀਆਂ। ਆ ਮੈਂ ਵੇਖੋ ਕਈ ਬੰਦਿਆਂ, ਦੇਖੋ ਠੇਕੇ ਤੇ ਸਾਡੇ ਕੋਲ ਜ਼ਮੀਨ ਲਈ ਹੈ ਜੀ ਇਹ, ਠੀਕ ਹੈ ਨਾ। ਤੇ ਜਦੋਂ ਕਿਤੇ ਉਹ ਠੇਕੇਦਾਰ ਦੀ ਕਿਤੇ ਹਾੜੀ ਸੋਣੀ, ਕਿਤੇ ਗਰਮੀ ਸਰਦੀ ਨਾਲ ਮਰ ਜਾਂਦੀ ਹੈ, ਠੋਕੇ ਨਾਲ ਮਰ ਗਈ, ਤੇ ਸਰਕਾਰ ਨੇ ਉਹਨੂੰ ਮੁਆਵਜ਼ਾ ਦੇ ਦਿੱਤਾ। ਉਹ ਠੇਕੇ ਵਾਲੇ ਨੂੰ ਨਹੀਂ ਮਿਲਦਾ, ਮਰ ਠੇਕੇ ਵਾਲੀ ਵੀ ਦਿੰਦੀ ਹੈ। ਤੇ ਜਾਵੜ ਦੀ ਜਿੰਨਾ ਕੋਈ ਰਜਿਸਟਰੀਆਂ ਦੇ ਉਹਨਾਂ ਦੇ ਖਾਤੇ 'ਚ, ਜਾਵੜ ਦੀ ਰਜਿਸਟਰੀਆਂ ਵਾਲੇ ਦੇ ਖਾਤੇ 'ਚ, ਉਹ ਵੀ ਡੈਗੇ ਡੱਪ ਜਾਂਦੇ ਆ। ਹਰ ਥਾਂ ਤੇ ਠੱਗੀ ਯਾਰ, ਹਰ ਥਾਂ ਤੇ ਠੱਗੀ। ਇਸ ਕਰਕੇ ਠੱਗੀਆਂ ਮਾਰਦੇ ਭਰਾਵੋ, 70 ਸਾਲ ਹੋ ਗਏ, ਤੁਸੀਂ ਕਿਤੇ ਮੁੱਖ ਮੰਤਰੀ ਬਦਲਿਆ ਹੀ ਨਹੀਂ। ਆਏ ਕਿਹੜੇ ਜੱਟ ਮੁੱਖ ਮੰਤਰੀ, ਆਏ ਕਿਹੜੇ ਜੱਟ ਮੁੱਖ ਮੰਤਰੀ? ਤੇ ਕੀ ਤੁਹਾਡੀ ਸੋਚ ਆ? 80% ਵੋਟਾਂ ਵਾਲੇ, ਉਹ ਸੋਚੋ, ਸੋਚੋ ਇਹ ਗੱਲ। ਜਿੱਤੇ 80% ਤੁਹਾਡੀਆਂ ਵੋਟਾਂ ਤੇ 20% ਵਾਲੇ ਵੋਟਾਂ ਵਾਲਾ ਮੁੱਖ ਮੰਤਰੀ ਬਣੇ, ਸ਼ਰਮ ਸਾਨੂੰ ਆਉਣੀ ਚਾਹੀਦੀ ਯਾਰ। ਉਹ ਮਾਰੋ ਕਿਤੇ ਨਾ ਕਿਤੇ ਸ਼ਰਮ ਨੂੰ ਹੱਥ, ਵੀ ਕਿਉਂ ਜਮਾਂ ਹੀ ਸਜਦਾ ਗਿਰ ਗਏ। 10ਵੇਂ ਪਾਤਸ਼ਾਹ ਨੇ ਸਾਨੂੰ ਕੀ ਕਿਹਾ ਸੀ ਵੀ ਇਹਨਾਂ ਨੂੰ ਮੂੰਹ ਨਾ ਲਾਇਓ, ਤੇ ਤੁਸੀਂ ਇਹਨਾਂ ਨੂੰ ਮੁੱਖ ਮੰਤਰੀ ਬਣਾਈ ਜਾਂਦੇ ਯਾਰ। ਤੇ ਧੀਆਂ ਬਣਦੇ ਜਿਹਨਾਂ ਕਿਹਦੀਆਂ ਜਾਣ, ਕਿਹਨੂੰ ਖੇਤਾਂ ਚ ਕੁੱਟਿਆ ਜਾਵੇ? ਇਹ ਕਿਤੇ ਨਾ ਕਿਤੇ ਸਾਨੂੰ ਇਹ ਗੱਲ ਤੇ ਵੇਰ ਹੋਣਾ ਚਾਹੀਦਾ, ਇਹਨਾਂ ਗੱਲਾਂ ਨੂੰ ਸੁਣ ਲਓ, ਠੀਕ ਹੈ। ਇਹ ਗੱਲ ਜਿਹੜੇ ਸਾਰੇ ਠੀਕ ਹੈ, ਲੋਕ ਸਾਰੇ ਚੰਗੇ ਨਹੀਂ ਹੁੰਦੇ, ਮਾੜੇ ਨਹੀਂ ਹੁੰਦੇ। ਅੱਜ 2-4 ਬੰਦਿਆਂ ਨੇ ਪਿੰਡ ਦੇ ਵਿੱਚ ਗੰਦ ਪਾ ਕੇ ਰੱਖਤਾ, ਰੱਖਦਾ ਕਿ ਨਹੀਂ ਰੱਖਦਾ? ਸਾਡੀ ਭਾਈਚਾਰੀ ਸਾਂਝ ਨੂੰ ਖਤਮ ਕਰਤਾ ਨਹੀਂ? ਆਹ ਦਿਲ ਦੀਆਂ ਗਰਾਈਆਂ ਚੋਂ ਇੰਨੀਆਂ ਗੱਲਾਂ ਇੰਨੀਆਂ ਨਹੀਂ ਕੀਤੀਆਂ ਜਾਣੀਆਂ ਸੀ। ਇਹ ਮਨ ਕਿਤੇ ਨਾ ਕਿਤੇ ਛਾਲਾ ਦਿੰਦਾ ਵੀ ਸਾਡੇ ਨਾਲ ਐਂ ਕੀਤੀ, ਅਸੀਂ ਆਪਦੇ ਰਹਿਬਰ ਦਾ ਸ਼ਹੀਦੀ ਜਿਹੜਾ ਮਨਾਉਣ ਚੱਲੇ ਸਾਰੇ ਇਕੱਠੇ ਹੋ ਕੇ, ਇਹਨਾਂ ਲੋਕਾਂ ਨੇ ਸਾਨੂੰ ਐਂ ਕੀਤੀ। ਇਹ ਮੁਸਲਮਾਨਾਂ ਨੂੰ ਭੇੜੇ ਲੋਕ ਹੈ, ਇਹ ਗਊਆਂ ਵੀ ਖਾ ਜਾਂਦੇ ਲੋਕ ਇਹੋ ਜਿਹੇ ਹੈ। ਸਾਥੀਓ, ਜਿਹੜਾ ਗਹਿਰੀ